आप भाई सुबह कितने बजे आ जाते हो काम करने? अभी आए, आज तो लेट हो गया, नहीं अगले तो खेत में ना मिलते। आ देख सकते हो भाई, ऐसे गन्ना पा रहे है ते पिछे पोका पासा निकल रहा है, इत्थे देख गन्ने दा रस जान लग रहा है। लो भाई हुण आपां पीवांगे गन्ने दा ताजा ताजा जूस, भी कोई मिलावट नहीं हैगी। लो चलो हसो सारे, स्माइल रखो फेस ते। आ देख सकदे हो आंटी जी तो पिंड पुछे, डांडी नामे पिंड दा पिछे अरक पूरे, असीं पंजाब तो आए स्पैशली। ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ। ਮੈਂ ਤੁਹਾਡਾ ਆਪਣਾ ਕਮਲ ਮੂਨਕਵਾਲਾ, ਹੋਪ ਸਾਰੇ ਤੁਸੀਂ ਬਈ ਵਧੀਆ ਹੋਵੋਗੇ। ਤੁਹਾਨੂੰ ਪਿੱਛੇ ਵਲੋਗ ਦੇ ਵਿੱਚ ਦੇਖਿਆ ਹੋਣਾ ਬਈ ਅਸੀਂ ਯੂਪੀ ਆ ਰਹੇ ਹਾਂ, ਡਿਸਟ੍ਰਿਕਟ ਅਮਰੋਹਾ ਦੇ ਵਿੱਚ ਬਈ। ਟੂਰਨਾਮੈਂਟ ਕੱਲ੍ਹ ਹੋ ਗਿਆ ਸੀ, ਵਧੀਆ ਹੋ ਗਿਆ ਟੂਰਨਾਮੈਂਟ ਬਈ। ਹੁਣ ਸਵੇਰ ਦਾ ਟਾਈਮ ਹੋ ਰਿਹਾ, ਟਾਈਮ ਤੁਹਾਨੂੰ ਦਿਖਾ ਦਈਏ, 9:23 ਹੋ ਗਏ ਬਈ, ਤਾਂ ਹੁਣ 9:30 ਦਾ ਟਾਈਮ ਹੋ ਰਿਹਾ ਸਵੇਰ ਦਾ। ਹੁਣੇ ਅਸੀਂ ਬਸ ਉੱਠੇ ਸੀ, ਅੱਧਾ ਘੰਟਾ ਹੋਇਆ, ਚਾਹ ਪਾਣੀ ਪੀਏ ਹਾਂ ਅਤੇ ਬਾਹਰ ਘੁੰਮਣ ਆ ਗਏ ਖੇਤਾਂ ਸਾਈਡ, ਕਿਉਂਕਿ ਜਿੱਥੇ ਅਸੀਂ ਰਹਿ ਰਹੇ ਹਾਂ ਬਈ ਉੱਥੇ ਸਾਰੇ ਨੇੜੇ ਤੇੜੇ ਸਾਰੇ ਖੇਤਾਂ ਦੇ ਵਿੱਚ ਘਰ ਨੇ, ਤਾਂ ਬਣੇ ਰਹੋ ਵਲੋਗ ਦੇ ਵਿੱਚ ਬਈ। ਹੁਣੇ ਬਸ ਅਸੀਂ ਇੱਧਰ ਇੱਧਰ ਘੁੰਮ ਰਹੇ ਹਾਂ, ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਗੰਨੇ ਦੇ ਖੇਤ ਨੇ ਸਾਰੇ, ਤੇ ਇਹ ਆਪਣਾ ਬੱਬੂ ਬਾਈ ਵੀ ਉੱਠ ਗਿਆ ਸੀ। ਹੋਰ ਬੱਬੂ ਬਾਈ ਜੀ ਵਧੀਆ? ਬਸ ਵਧੀਆ, ਚੜ੍ਹਦੀ ਕਲਾ ਜਮਾ ਨਜ਼ਾਰੇ, ਤੁਸੀਂ ਦੱਸੋ। ਅਜੇ ਤੁਸੀਂ ਮੇਰਾ ਪਿਛਲਾ ਵਲੋਗ ਨਹੀਂ ਦੇਖਿਆ ਬਈ, ਮੈਂ ਵਲੋਗ ਪਾ ਰੱਖਿਆ, ਜ਼ਰੂਰ ਚੈੱਕ ਆਊਟ ਕਰਿਓ ਬਈ, ਜ਼ਰੂਰ ਚੈੱਕ ਕਰਿਓ ਬਈ, ਚੈਨਲ ਦੇ ਵਿੱਚ ਜਾ ਕੇ ਯੂਪੀ ਨਾਮ ਤੋਂ ਥੰਬਨੇਲ ਬਣਿਆ ਹੋਇਆ, ਜ਼ਰੂਰ ਚੈੱਕ ਕਰਿਓ ਬਈ। ਹੁਣ ਅਸੀਂ ਬਸ ਖੇਤਾਂ ਦੇ ਵਿੱਚ ਘੁੰਮ ਰਹੇ ਹਾਂ, ਨੇੜੇ ਤੇੜੇ ਤੁਸੀਂ ਦੇਖ ਸਕਦੇ ਹੋ, ਲਗਭਗ ਇੱਥੇ ਗੰਨੇ ਦੀ ਖੇਤੀ ਜ਼ਿਆਦਾ ਹੈ ਬਈ, ਲਗਭਗ ਦੇਖ ਸਕਦੇ ਹੋ ਗੰਨੇ ਗੰਨੇ ਨੇ, ਉੱਥੇ ਵੀ ਗੰਨਾ, ਉੱਥੇ ਵੀ ਗੰਨਾ, ਅਤੇ ਇੱਧਰ ਵੀ ਗੰਨੇ ਦੀ ਖੇਤੀ ਹੈ ਵੀ, ਉੱਧਰ ਵੀ ਗੰਨੇ ਲੱਗ ਰਹੇ ਨੇ, ਇੱਧਰ ਵੀ ਗੰਨੇ ਲੱਗ ਰਹੇ ਨੇ, ਅਤੇ ਉੱਧਰ ਵੀ ਗੰਨੇ ਲੱਗ ਰਹੇ ਨੇ ਬਈ। ਤਾਂ ਦੇਖਦੇ ਹਾਂ ਗੰਨਾ ਖਾ ਕੇ ਦੇਖਦੇ ਹਾਂ। ਕੱਲ੍ਹ ਵੀ ਅਸੀਂ ਖਾਏ ਸੀ, ਤੁਸੀਂ ਵਲੋਗ ਦੇ ਵਿੱਚ ਨਹੀਂ ਦੇਖਿਆ ਵੀ, ਵਲੋਗ ਜ਼ਰੂਰ ਦੇਖਿਓ, ਉਦੋਂ ਕੱਲ੍ਹ ਵੀ ਅਸੀਂ ਗੰਨੇ ਖਾਏ ਸੀ, ਜਦੋਂ ਅਸੀਂ ਗੰਨੇ ਲੈਣ ਗਏ ਬਈ ਖੇਤਾਂ ਦੇ ਵਿੱਚ, ਯੂਪੀ ਵਾਲੇ ਲੋਕਾਂ ਤੋਂ ਕੰਮ ਕਰਦੇ ਨੇ ਇੱਥੇ, ਤਾਂ ਵਧੀਆ ਰਿਹਾ ਵੀ, ਉਹਨਾਂ ਨੇ ਬਹੁਤ ਵਧੀਆ ਕਹਿੰਦੇ ਬਈ ਆਓ ਖਾਓ, ਖਾਣ ਵਾਸਤੇ ਨੇ, ਵਧੀਆ ਲੋਕ ਨੇ ਬਈ। ਤਾਂ ਅਸੀਂ ਗੰਨੇ ਹੀ ਖਾਏ ਕੱਲ੍ਹ, ਜੇ ਨਹੀਂ ਵਲੋਗ ਦੇਖਿਆ ਵੀ ਕੱਲ੍ਹ ਦਾ ਵਲੋਗ ਜ਼ਰੂਰ ਦੇਖਿਓ ਬਈ, ਅਸੀਂ ਮੈਂ ਚੈਨਲ 'ਤੇ ਪਾ ਰੱਖਿਆ ਕੱਲ੍ਹ ਦਾ ਵਲੋਗ। ਚੱਲਦੇ ਹਾਂ ਖੇਤ ਦੇ ਵਿੱਚ ਅਤੇ ਗੰਨੇ ਟੇਸਟ ਕਰਦੇ ਹਾਂ, ਅਤੇ ਨਾਲੇ ਤੁਹਾਨੂੰ ਵੀ ਦਿਖਾਉਂਦੇ ਹਾਂ ਬਈ। ਬਾਕੀ ਤੁਸੀਂ ਦੇਖ ਸਕਦੇ ਹੋ ਧੂੜ ਤਾਂ ਗੰਨੇ ਗੰਨੇ ਨੇ ਬਈ, ਆਹ ਦੇਖ ਸਕਦੇ ਹੋ ਕਿੱਡੇ ਕਿੱਡੇ ਬੜੇ ਬੜੇ ਗੰਨੇ ਨੇ, ਆਹ ਦੇਖ ਸਕਦੇ ਹੋ, ਇਹ ਸਾਰੇ ਆਲੇ ਦੁਆਲੇ ਗੰਨੇ ਨੇ ਬਈ। ਇੱਧਰ ਦੇਖ ਸਕਦੇ ਹੋ ਗੰਨੇ ਦੀ ਛਾਂਟ ਛਟਾਈ ਚੱਲ ਰਹੀ ਹੈ, ਕੰਮ ਚੱਲ ਰਿਹਾ, ਆਹ ਦੇਖ ਸਕਦੇ ਹੋ ਬਈ, ਆਹ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਕੰਮ ਚੱਲ ਰਿਹਾ, ਗੰਨੇ ਦੀ ਛਾਂਟ ਛਟਾਈ ਚੱਲ ਰਹੀ ਹੈ ਜੀ, ਆਹ ਦੇਖ ਸਕਦੇ ਹੋ ਕਿੱਡੇ ਕਿੱਡੇ ਗੰਨੇ ਨੇ ਖੇਤਾਂ ਦੇ ਵਿੱਚ। ਭਾਈ ਸੁਬਹ ਕਿਤਨੇ ਵਜੇ ਆ ਜਾਤੇ ਹੋ ਕੰਮ ਕਰਨੇ? ਅਭੀ ਆਏ, ਆਜ ਤੋ ਲੇਟ ਹੋ ਗਿਆ, ਨਹੀਂ ਅਗਲੇ ਤੋ ਖੇਤ ਮੇਂ ਨਾ ਮਿਲਤੇ। ਕਿਤਨੇ ਵਜੇ ਤੱਕ ਕਰਤੇ ਹੋ? 20 ਗੰਨੇ ਲੱਗ ਰਹੇ ਨੇ ਬਾਈ, ਕਹਿੰਦਾ ਹੁਣੇ ਆਇਆ ਸੀ,
ਤਾਂ ਸਾਢੇ ਕੁ 9-10 ਦਾ ਟਾਈਮ ਹੋ ਰਿਹਾ ਅਤੇ ਇਹਨਾਂ ਨੂੰ ਕੰਮ ਕਰ ਰਹੇ ਨੇ ਤਾਂ ਆਪਾਂ ਇਹਨਾਂ ਨੂੰ ਡਿਸਟਰਬ ਨਹੀਂ ਕਰਦੇ, ਕੰਮ ਦੇ ਕਰਦੇ ਕਰਦੇ ਨਾਲ ਅਸੀਂ ਗੱਲਾਂ ਬਾਤ ਕਰਨ ਵਾਲੇ ਕੰਮ ਕਰ ਰਹੇ ਨੇ ਤਾਂ ਇਹਨਾਂ ਨੂੰ ਕੰਮ ਕਰ ਲੈਂਦਾ, ਅਸੀਂ ਅੱਗੇ ਚੱਲਦੇ ਹਾਂ। ਵਧੀਆ ਵੀ ਮਿਹਨਤ ਕਰਦੇ ਨੇ ਬਈ, ਦੇਖ ਸਕਦੇ ਹਾਂ ਯੂਪੀ ਦੇ ਲੋਕ ਵੀ ਬਹੁਤ ਮਿਹਨਤੀ ਹੁੰਦੇ ਨੇ, ਤੁਸੀਂ ਸੁਣਿਆ ਤਾਂ ਹੋਣਾ ਬਈ। ਦੇਖ ਸਕਦੇ ਹਾਂ ਟਰਾਲੀ 'ਤੇ ਲਾ ਕੇ ਵੀ ਗੰਨੇ, ਢੋ ਕੇ ਲੈ ਕੇ ਜਾਂਦੇ ਨੇ, ਅੱਗੇ ਟਰੈਕਟਰ ਲਾ ਰੱਖਿਆ ਅਤੇ ਟਰਾਲੀ ਵੀ, ਇਹਦੇ ਵਿੱਚ ਢੋ ਕੇ ਲੈ ਕੇ ਜਾਂਦੇ ਨੇ ਗੰਨੇ। ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਕਿੱਦਾਂ ਗੰਨਾ ਫੇਵਰੇਟ ਹੈ ਬਈ, ਕਮੈਂਟ ਜ਼ਰੂਰ ਕਰਿਓ ਬਈ। ਆ ਦੇਖ ਸਕਦੇ ਪਿੱਛੇ ਗੰਨੇ ਲੱਗੇ ਹੋਏ ਨੇ। ਕੀ ਇਹ ਬਾਈ ਹੈ, ਕੀ ਨਾਮ ਬਾਈ ਆਪਣਾ? ਵਰਿੰਦਰ। ਅੱਛਾ, ਨਾਈਸ ਪੀਪਲ ਹੈ ਆ, ਪਰ ਵਧੀਆ ਲੋਕ ਹੈ। ਇਹ ਵੀ ਬਾਈ ਦੇਖ ਸਕਦੇ ਗੰਨਾ ਖਾਂਦੇ, ਤੁਸੀਂ ਤਾਂ ਰੋਜ਼ ਖਾਂਦੇ ਹੋ ਨਾ ਗੰਨੇ? ਡੇਲੀ ਡੇਲੀ ਤੁਹਾਡਾ ਫੇਵਰੇਟ ਹੈ ਗੰਨਾ ਪੂਰਾ? ਜੀ ਕਈ ਵਾਰ ਤਾਂ ਜੀ ਅੱਕ ਜਾਂਦਾ ਨਾ ਗੰਨੇ ਖਾ ਖਾ। ਨਹੀਂ, ਡੀਟੌਕਸ ਕਰਤਾ ਬੋਡੀ ਕੋ। ਹਾਂ ਹਾਂ, ਇਹ ਤਾਂ ਕਰਤਾ, ਮਨ ਨਹੀਂ ਭਰਤਾ ਖਾਤੇ ਖਾਤੇ। ਨਹੀਂ, ਇੱਕਦਮ ਡੇਲੀ। ਅੱਛਾ ਡੇਲੀ, ਨਾ ਬੜੀਆ, ਦਾਤੋਂ ਕੇ ਲਈ ਵੀ ਵਧੀਆ ਨਾ, ਐਕਸਰਸਾਈਜ਼ ਹੋ ਜਾਂਦੀ ਹੈ। ਪੜ੍ਹਾਈ ਵਗੈਰਾ ਕਰਦੇ ਹੋ? ਕਰ ਲਈ। ਹੁਣ ਵੀ ਪੜ੍ਹਦੇ ਹੋ? ਹੋ ਨਹੀਂ। ਕਿੰਨੇ ਪੜ੍ਹੇ ਹੋਏ ਹੋ? 12th। 12th, ਵਧੀਆ ਗੱਲ ਹੈ ਬਈ, ਪੜ੍ਹੇ ਹੋਏ ਨੇ ਸਾਰੇ ਇੱਥੇ। ਇਹ ਕਿੰਨੇ ਘੰਟੇ ਦਾ ਕੰਮ ਕਰਨਗੇ ਸਾਰੇ? 2-3 ਘੰਟੇ। 2-3 ਘੰਟੇ, ਇੱਕ ਵਾਰੀ ਮੈਂ ਕਿੰਨਾ ਕੁਇੰਟਲ ਕਰ ਲੈਂਦੇ ਹਾਂ ਅਭੀ ਪਰਚੀ ਕੇ ਹਿਸਾਬ ਸੇ ਹੋਗਾ ਨਾ। ਅੱਛਾ, ਪਰਚੀ ਕੇ ਹਿਸਾਬ ਸੇ ਜਿੰਨਾ ਵੀ ਸੈਂਟਰ ਪੇ ਜਾਏਗਾ। ਫੈਕਟਰੀ ਉਸਮੇ ਅਲੱਗ ਅਲੱਗ ਦੀ ਹੋਈ ਹੈ, 22 ਕੁਇੰਟਲ, 72 ਕੁਇੰਟਲ। ਠੀਕ ਹੈ, ਕੁਇੰਟਲ ਕੇ ਹਿਸਾਬ ਸੇ ਹੋਤਾ ਹੈ ਤੋ ਇਹ ਠੀਕ। ਛੋਟੀ ਹੈ ਤੋ ਡਾਇਰੈਕਟਲੀ ਫੈਕਟਰੀ ਜਾਏਗਾ ਤੋ 72 ਕੁ ਜਾਏਗਾ। ਠੀਕ ਹੈ, ਦਿਹਾੜੀ ਤੋਂ ਨਹੀਂ ਹੋਤੀ ਇਹ, ਸਿੱਧਾ ਠੇਕੇ ਪੇ? ਠੇਕਾ ਕਿਤਨੇ ਰੁਪਏ ਕਾ ਹੋ ਸਕਤਾ ਹੈ ਸਰ? ਯਾ ਠੇਕਾ ਨਹੀਂ ਚਲਤਾ, ਜੋ ਪਸ਼ੂਆਂ ਕੇ ਲਈ ਚਾਰਾ ਕਰਤੇ ਨਾ ਪਹਿਲੇ ਜਾ। ਅੱਛਾ, ਬੋਲੋ। ਅੱਛਾ, ਜੋ ਇਹ ਉੱਪਰ ਸੇ ਗੰਨੇ ਕੇ ਉੱਪਰ ਹੋਤਾ ਹੈ ਡੰਗਰ ਪਸ਼ੂ ਕੇ ਲਈ? ਨਹੀਂ, ਹੋਤਾ ਹੈ ਜਬ ਬੜਾ ਫਾਰਮ ਚਲਤਾ ਨਾ, ਅਭੀ ਛੋਟਾ ਹੈ ਚਾਰੇ ਕੀ ਵੀ ਸਮੱਸਿਆ। ਹਾਂ, ਅਭੀ ਇਹ ਇਹ ਜੋ ਕਾ ਬਾੜ ਆਈ ਸੀ ਨਾ, ਯਾ ਗੰਨਾ ਸਾਰਾ ਖਤਮ ਹੋ ਗਿਆ। ਯਹਾਂ ਪਰ ਵੀ ਆ ਗਈ ਬਾੜ? ਹਾਂ ਯਾਰ, ਯਹਾਂ ਬਰਾ ਹੋਆ ਤਾ ਇਤਨਾ ਦਿਨਾ। ਅੱਛਾ ਜੀ, ਹਮਾਰੇ ਖੜੇ ਹੈ ਨਾ, ਯਹਾਂ ਇਤਨਾ ਪਾਣੀ ਤਾ। ਅੱਛਾ, ਇਹ ਕਹਿੰਦੇ ਬਈ ਇੱਥੇ ਪਾਣੀ ਦੀ ਬਾੜ ਵੀ ਆ ਗਈ ਸੀ, ਕਹਿੰਦੇ ਲੱਕ ਤੱਕ, ਲੱਕ ਤੋਂ ਵੀ ਉੱਪਰ ਪਾਣੀ ਹੋ ਗਿਆ ਸੀ। ਤਾਂ ਸਾਡੇ ਪੰਜਾਬ ਦੇ ਵਿੱਚ ਵੀ ਆਈ ਸੀ ਬਾੜ ਤਾਂ ਵੀ ਬਹੁਤ, ਸਾਡੇ ਪਿੰਡ ਦੇ ਵਿੱਚ ਵੀ ਆ ਗਈ ਸੀ। ਪੂਰਾ ਅੱਛਾ ਜੀ, ਫਿਰ ਕਿੰਨੇ ਦਿਨਾਂ ਦੇ ਵਿੱਚ ਹੋਇਆ ਸੀ? ਇੱਥੇ ਬਈ ਖੇਤਾਂ ਦੇ ਵਿੱਚ ਘਰ ਬਾਈ, ਇੱਥੇ ਬਈ ਘਰ ਬਣੇ ਹੋਏ ਨੇ ਖੇਤਾਂ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਉੱਥੇ ਭਾਂਡੇ ਮਾਂਜੇ ਜਾ ਰਹੇ ਨੇ ਅਤੇ ਇੱਥੇ ਬਾਹਰ ਪਸ਼ੂ ਨੇ ਉਹਨਾਂ ਦੇ। ਹਮ ਯਹਾਂ ਸੇ 500 ਕਿਲੋਮੀਟਰ ਦੂਰ ਸੇ ਆਏ ਪੰਜਾਬ ਸੇ, ਸੰਗਰੂਰ ਮੇ ਪੜਤਾ ਹੈ ਹਮਾਰਾ ਏਰੀਆ। ਕਿਆ ਵੋ ਟੂਰਨਾਮੈਂਟ ਨਹੀਂ ਹੋਤਾ ਕੱਲ ਅਰਕਪੁਰ ਮੇ? ਵਹਾਂ ਪਰ ਸਪੈਸ਼ਲ ਬੁਲਾਏ ਦੇ ਹਮਕੋ, ਤੋ ਯਹਾਂ ਪਰ ਹਮ ਘੂਮ ਰਹੇ ਹੈ, ਦੇਖ ਰਹੇ ਹੈ, ਪਹਿਲੀ ਵਾਰ ਆਏ ਹੈ। ਲੋ ਬਾਈ ਜੀ, ਆਪਾਂ ਨੇ ਗੰਨਾ ਖਾਇਆ ਸੀ ਅਤੇ ਆਪਣੇ ਹੱਥ ਮੈਲੇ ਹੋ ਗਏ, ਦੇਖ ਸਕਦੇ ਹੋ ਹੱਥ ਕਾਲੇ ਜਿਹੇ ਹੋ ਗਏ ਅਤੇ ਚਿਪੜੇ ਹੋ ਰਹੇ ਨੇ, ਅਤੇ ਪਾਣੀ ਕੱਢਦੇ ਹਾਂ ਵੀ ਨਲਕੇ 'ਚ ਅਤੇ ਹੱਥ ਪੈਰ ਧੋਣੇ। ਆਹ ਦੇਖ ਸਕਦੇ ਹੋ ਆਂਟੀ ਜੀ ਤੋਂ ਪਿੰਡ ਪੁੱਛਿਆ, ਡਾਂਡੀ ਨਾਮ ਹੈ ਪਿੰਡ ਦਾ, ਪਿੱਛੇ ਅਰਕਪੁਰ ਹੈ, ਅਸੀਂ ਪੰਜਾਬ ਤੋਂ ਆਏ ਸਪੈਸ਼ਲੀ ਦੇਖਣ। ਡਾਂਡੀ ਨਾਮ ਹੈ ਪਿੰਡ ਦਾ ਜੀ, ਜਿਹੜਾ ਅਸੀਂ ਪਿੰਡ ਮੈਂ ਪਾਣੀ ਪੀ ਰਿਹਾ ਘੁੰਮ ਰਿਹਾ। ਡਾਂਡੀ ਹੈ ਸਿਪਰਾ, ਦੇਖ ਸਕਦੇ ਹੋ ਡਾਂਡੀ ਨਾਮ ਹੈ ਪਿੰਡ ਦਾ, ਜਿਹੜੇ ਪਿੰਡ ਅਸੀਂ ਘੁੰਮ ਰਹੇ ਸਾਨੂੰ ਨਾਮ ਨਹੀਂ ਯਾਦ ਆ ਰਿਹਾ ਸੀ ਕਿਉਂਕਿ ਨਾਮ ਡਿਫਰੈਂਟ ਜਿਹਾ ਸੀ, ਪਹਿਲੀ ਵਾਰ ਸੁਣਦੇ ਨਾ ਸਲਿਪ ਹੋ ਜਾਂਦਾ। ਡਾਂਡੀ ਹੈ ਵੀ ਹੁਣ ਯਾਦ ਹੈ, ਡਾਂਡੀ ਨਾਮ ਪਿੰਡ ਜਿਹੜਾ ਅਸੀਂ ਘੁੰਮ ਰਹੇ ਹਾਂ ਬਈ, ਦੇਖ ਸਕਦੇ ਹੋ ਇਹ ਪਿੰਡ ਹੈ ਡਾਂਡੀ, ਡਿਸਟ੍ਰਿਕਟ ਅਮਰੋਹਾ ਦੇ ਵਿੱਚ ਇਹ ਡਾਂਡੀ ਪਿੰਡ ਹੈ ਬਈ। ਨਾਮ ਕਿਆ ਹੈ ਆਪਕਾ ਜੀ? ਨਾਮ ਕਿਆ ਹੈ? ਪ੍ਰਕਾਸ਼ ਨਾਮ ਹੈ। ਆਹ ਦੇਖ ਸਕਦੇ ਹੋ ਬਾਈ ਗੰਨਿਆਂ ਦਾ ਇਹ ਕਰਨ ਲੱਗ ਰਿਹਾ ਬਈ, ਦੇਖ ਸਕਦੇ ਹੋ ਇੱਧਰ ਗੰਨੇ ਦਾ ਫੋਕਾ ਸਾਈਡ ਨਿਕਲ ਰਿਹਾ,
ਇੱਧਰ ਗੰਨੇ ਦਾ ਜੂਸ ਉਹ ਦੇਖ ਸਕਦੇ ਹੋ, ਇੱਧਰ ਗਲੀ ਜੀ ਬਣਾ ਰਹੀ ਉੱਥੇ ਜਾ ਰਿਹਾ ਗੰਨੇ ਦਾ ਜੂਸ। ਇਹ ਕੀ ਕਹਿੰਦੇ ਨੇ ਬਾਈ ਇਹਨੂੰ ਮਸ਼ੀਨ ਨੂੰ? ਕਲਾੜ ਹੈ ਬਈ ਇਹਦਾ ਨਾਮ, ਇਹ ਦੇਖ ਸਕਦੇ ਬਾਈ ਇੱਥੇ ਕੰਮ ਕਰ ਰਿਹਾ। ਆਹ ਦੇਖ ਸਕਦੇ ਹੋ ਬਈ ਇੱਥੇ ਗੰਨਾ ਪਾ ਰਿਹਾ ਅਤੇ ਪਿੱਛੇ ਪੋਕਾ ਪਾਸਾ ਨਿਕਲ ਰਿਹਾ, ਇੱਥੇ ਦੇਖ ਗੰਨੇ ਦਾ ਰਸ ਜਾਣ ਲੱਗ ਰਿਹਾ। ਇਹ ਅੱਗੇ ਬਣੇਗਾ ਬਣੂਗਾ ਕੀ? ਗੁੜ ਹੈ ਨਾ, ਗੁੜ, ਇਹ ਗੁੜ ਬਣਦਾ ਵੀ ਇੱਥੇ ਦੇਖ ਸਕਦੇ ਗੰਨੇ ਦਾ। ਆਹ ਦੇਖ ਸਕਦੇ ਹੋ ਬਈ ਇੱਥੇ ਰਸ ਨਿਕਲ ਰਿਹਾ ਗੰਨੇ ਦਾ, ਕਿੱਦਾਂ ਉਹਦੇ ਵਿੱਚ ਜਾ ਰਿਹਾ। ਅਤੇ ਮਸ਼ੀਨ ਲੱਗੀ ਹੋਈ ਹੈ ਕਲਾੜ ਬਈ, ਆਹ ਦੇਖ ਸਕਦੇ ਗੱਡੀ ਮਸ਼ੀਨ ਹੈ। ਆਹ ਦੇਖ ਬਾਈ ਇੱਧਰ ਲੱਗ ਰਿਹਾ ਕੰਮ ਕਰਨ। ਬਾਈ ਕਹਿੰਦਾ ਵੀਡੀਓ ਕਿਉਂ ਬਣਾ ਰਿਹਾ? ਮੈਂ ਕਿਹਾ ਬਾਈ ਦਿਖਾਵਾਂਗੇ ਪੰਜਾਬ ਦੇ ਵਿੱਚ। ਬਾਈ ਕਹਿੰਦਾ ਕੋਈ ਚੱਕਰ ਨਹੀਂ ਬਣਾਓ ਵੀਡੀਓ। ਕਿੰਨੇ ਘੰਟੇ ਕੰਮ ਕਰਤੇ ਹੋ ਪਰ? 16 ਘੰਟੇ ਕੰਟੀਨਿਊ 16 ਘੰਟੇ ਕੰਮ ਕਰਦੇ ਨੇ ਬਾਈ, ਬਾਈ ਨੇ ਦੱਸਿਆ। ਬਾਈ ਆਪ ਪਿੰਡ ਕਿਹੜਾ ਆਪਣਾ ਪਿੰਡ? ਕਹਾਂ ਪਰ ਰਹਿਤੇ ਹੋ? ਡਾਂਡੀ ਮੇ। ਠੀਕ ਹੈ, ਦੇਖ ਸਕਦੇ ਵੀ ਉੱਥੇ ਬਈ ਗੰਨੇ ਦਾ ਰਸ ਨਿਕਲ ਕੇ ਇਹਦੇ ਵਿੱਚ ਗਿਰ ਰਿਹਾ ਅਤੇ ਇੱਥੇ ਪੈਪ ਲਾ ਰੱਖੀ ਵੀ, ਇਹ ਫਿਰ ਅੱਗੇ ਜਾ ਰਿਹਾ। ਆਹ ਦੇਖ ਸਕਦੇ ਹੋ ਤਾਜ਼ਾ ਜੂਸ ਨਿਕਲਣ ਲੱਗ ਰਿਹਾ ਇੱਥੇ ਬਈ। ਆਹ ਦੇਖ ਸਕਦੇ ਹੋ ਅੱਬੂ ਬਾਈ ਪੀ ਰਿਹਾ ਇੱਥੇ ਤਾਜ਼ਾ ਤਾਜ਼ਾ ਗੰਨੇ ਦਾ ਜੂਸ। ਵਧੀਆ ਬਾਈ ਹੈ ਬਾਈ। ਲਓ ਬਾਈ ਹੁਣ ਆਪਾਂ ਪੀਵਾਂਗੇ ਗੰਨੇ ਦਾ ਤਾਜ਼ਾ ਤਾਜ਼ਾ ਜੂਸ ਬਈ, ਕੋਈ ਮਿਲਾਵਟ ਨਹੀਂ ਹੈਗੀ, ਔਰਗੈਨਿਕ ਹੈ, ਬਿਲਕੁਲ ਕੁਦਰਤੀ ਹੈ ਉੱਥੇ ਨਿਕਲ ਰਿਹਾ। ਆਹ ਦੇਖ ਸਕਦੇ ਇੱਥੇ ਤਾਜ਼ਾ ਜੂਸ ਨਿਕਲ ਰਿਹਾ ਵੀ ਗੰਨੇ ਦਾ, ਬਿਲਕੁਲ ਫਰੈਸ਼ ਜੂਸ, ਬਿਲਕੁਲ ਫਰੈਸ਼ ਹੈ। ਆਪਾਂ ਪੀ ਰਹੇ ਗੰਨੇ ਦਾ ਜੂਸ, ਦੇਖਦੇ ਹਾਂ ਟੇਸਟ ਕੈਂਟ ਹੈ ਬਾਈ। ਕੋਈ ਚੀਨੀ ਕੋਈ ਮਿਲਾਵਟ ਨਹੀਂ ਹੈਗਾ, ਸਿੱਧਾ ਗੰਨਾ ਪਿਸ ਕੇ ਆ ਰਿਹਾ ਜੂਸ ਨਿਕਲਦਾ, ਤੁਸੀਂ ਦੇਖ ਸਕਦੇ ਹੋ। ਬਹੁਤ ਕੈਂਟ ਹੈ ਵੀ, ਮਿੱਠਾ ਪੂਰਾ ਗੰਨਾ ਵੀ। ਇੱਥੇ ਦੇਖ ਸਕਦੇ ਹੋ ਵੀ ਗੰਨੇ ਦਾ ਰਸ ਉਸ ਪਾਸੇ ਜਾ ਰਿਹਾ ਅਤੇ ਬਾਈ ਇੱਥੇ ਕੰਮ ਕਰ ਰਹੇ ਨੇ ਬਾਈ। ਜਿਹੜਾ ਫੋਕਾ ਹੁੰਦਾ ਇਹ ਵੀ ਕੰਮ ਆਉਂਦਾ ਬਾਈ ਕਹਿੰਦੇ। ਆਹ ਦੇਖ ਸਕਦੇ ਇਕੱਠਾ ਕਰ ਰਹੇ ਨੇ ਇੱਥੇ ਵੀ, ਸਿੱਧੀ ਡਾਇਰੈਕਟਰ ਜਾ ਕੇ ਵੀਡੀਓ ਨਹੀਂ ਬਣਾ ਰਹੇ ਵੀ, ਸਿੱਧਾ ਬੜੀ ਕੈਮਰਾ ਓਪਨ ਕਰ ਲਈਆ। ਅਸੀਂ ਪਹਿਲਾਂ ਪਰਮਿਸ਼ਨ ਲੈਂਦੇ ਕਿਉਂਕਿ ਕਈਆਂ ਦੀ ਵੀ ਪਰਸਨਲ ਚੀਜ਼ਾਂ ਵੀ ਹੁੰਦੀਆਂ ਨੇ ਨਾ, ਹੈ ਨਾ ਬਈ, ਵੀ ਦਿਖਾਉਣੀ ਹੁੰਦੀ ਹੈ ਕਿ ਨਹੀਂ ਦਿਖਾਉਣੀ, ਤਾਂ ਅਸੀਂ ਪਹਿਲਾਂ ਪੁੱਛਦੇ ਹਾਂ ਬਈ ਵੀਡੀਓ ਬਣਾ ਸਕਦੇ ਹਾਂ ਕਿ ਨਹੀਂ, ਕਿਉਂਕਿ ਹਰ ਇੱਕ ਦੇ ਆਪਣੇ ਪਰਸਨਲ ਹੁੰਦਾ ਬਈ। ਤਾਂ ਜਿੱਥੇ ਵੀ ਗਏ ਹਾਂ ਵੀ ਦੋ ਮੀਲਾਂ ਦੇ ਵਿੱਚ ਗਏ, ਇੱਕ ਹੋਰ ਹੀ, ਇੱਕ ਸਾਡੇ ਪਿੱਛੇ ਅਤੇ ਇੱਕ ਹੋਰ ਹੀ ਤੁਹਾਨੂੰ ਪਿਛਲੀ ਕਲਿੱਪ ਦੇ ਵਿੱਚ ਦਿਖਾਇਆ, ਦੋਨੇ ਬਈ ਵਧੀਆ ਸੀ ਬਾਈ। ਕਹਿੰਦਾ ਕੋਈ ਚੱਕਰ ਨਹੀਂ ਬਣਾ ਲਓ ਵੀਡੀਓ, ਪੰਜਾਬ ਤੋਂ ਐਵੇਂ ਵਧੀਆ ਇੱਜ਼ਤ ਕਰਦੇ ਨੇ, ਮਾਣ ਕਰਦੇ ਨੇ ਵੀ ਇਹ ਯੂਪੀ ਵਾਲੇ ਲੋਕ। ਚੱਕੀ ਟਾਈਪ ਲੱਗਦਾ ਮੈਨੂੰ ਇੱਥੇ ਬਈ। ਕਿੰਨੀ ਦੂਰ ਜਾਵਾਂਗੇ ਬੱਬੂ ਬਾਈ? ਆਪਣੇ 2 ਕਿਲੋਮੀਟਰ ਹੋਰ ਅੱਗੇ। ਇਹ ਮਤਲਬ ਪਿੰਡ ਬਈ ਅੱਗੇ ਘੁੰਮ ਕੇ ਆ ਜਾਂਦਾ ਜਿੱਥੇ ਅਸੀਂ ਰਹਿ ਰਹੇ ਹਾਂ, ਅਸੀਂ ਪਿੱਛੋਂ ਦੀ ਆਏ ਸੀ ਖੇਤਾਂ ਵਿੱਚ ਦੀ, ਹੁਣ ਅਸੀਂ ਇਹ ਬਾਏ ਰੋਡ ਦੇ ਉੱਤੇ ਦੀ ਜਾਵਾਂਗੇ ਘੁੰਮ ਕੇ, ਨਾਲੇ ਸਾਨੂੰ ਵੀ ਪਤਾ ਚੱਲ ਜੂਗਾ ਨਾ ਕਿਹੋ ਜਿਹਾ ਨਾ ਰੋਡ, ਅਸੀਂ ਪਹਿਲੀ ਵਾਰ ਆਏ ਹਾਂ। ਅਤੇ ਪਿੱਛੇ ਆਪਣੇ ਡਾਂਡੀ ਪਿੰਡ ਹੈ ਬਾਈ, ਦੇਖ ਸਕਦੇ ਹੋ। ਬਾਕੀ ਇਹ ਦੇਖ ਸਕਦੇ ਹੋ ਬਈ ਕਰਿਆਨੇ ਦੀ ਦੁਕਾਨ ਹੈ ਬਾਈ ਦੀ ਪਿੰਡ ਦੇ ਵਿੱਚ, ਦੇਖ ਸਕਦੇ ਹੋ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਜਿਵੇਂ ਦੁਕਾਨ ਹੁੰਦੀ ਹੈ, ਕਰਿਆਨੇ ਦੀ ਦੁਕਾਨ ਹੈ ਬਾਈ ਦੀ। ਜਿਹੜੇ ਏਰੀਏ 'ਚ ਬਈ ਅਸੀਂ ਫਿਰਦੇ ਹਾਂ, ਅਸੀਂ ਘੁੰਮ ਰਹੇ ਹਾਂ, ਉਹ ਏਰੀਏ 'ਚ ਵੀ ਜੀਓ ਦੀ ਰੇਂਜ ਹੈ ਨਹੀਂ, ਬਿਲਕੁਲ ਘੱਟ ਹੈ ਵੀ। ਏਅਰਟੈੱਲ ਅਤੇ ਆਈਡੀਆ ਦੀ ਰੇਂਜ ਵਧੀਆ, ਨੈੱਟ ਵਧੀਆ ਚੱਲਦਾ, ਮੇਰੇ ਜੀਓ ਦੀ ਸਿੰਮ ਹੈ, ਮੇਰਾ ਨੈੱਟਵਰਕ ਕਿਤੇ ਚੱਲ ਜਾਂਦਾ ਕਿਤੇ ਨਹੀਂ ਚੱਲਦਾ, ਐਨੀ ਜੀਓ ਦੀ ਰੇਂਜ ਨਹੀਂ ਹੈਗੀ ਇੱਥੇ। ਏਅਰਟੈੱਲ ਅਤੇ ਆਈਡੀਆ ਦੀ ਵਧੀਆ ਰੇਂਜ ਹੈ ਵੀ ਇੱਥੇ, ਏਅਰਟੈੱਲ ਅਤੇ ਆਈਡੀਆ ਦਾ ਨੈੱਟਵਰਕ ਵਧੀਆ ਚੱਲਦਾ, ਜੀਓ ਦੀ ਰੇਂਜ ਇੱਥੇ ਡਾਊਨ ਹੀ ਹੈ ਬਈ, ਮੇਰੀ ਜੀਓ ਦੀ ਸਿੰਮ ਹੈ। ਆਟੋ ਦੇਖ ਸਕਦੇ ਹੋ ਵੀ, ਆਟੋ ਵੀ ਚੱਲਦਾ ਇੱਥੇ, ਬੈਟਰੀ ਵਾਲਾ, ਉਹ ਜਾ ਰਿਹਾ ਬਈ ਪਿੱਛੇ ਲਾਉਂ ਕੇ ਅਤੇ ਅੰਦਰ ਸਮਾਨ ਤਾਂ ਰੱਖਿਆ। ਇਹ ਬਾਈ ਤੇਲ ਵੇਚਦੇ ਹਾਂ ਇੱਥੇ, ਇਹ ਵੇਚਦੇ ਹੋ ਤੇਲ? ਅੱਛਾ, ਇਹ ਬਾਈ ਇਹ ਤੁਹਾਡੀ ਦੁਕਾਨ ਹੈ? ਦੁਕਾਨ ਤੁਹਾਡੀ ਹੈ, ਤੁਹਾਡੀ ਸ਼ੋਪ ਹੈ? ਠੀਕ ਹੈ, ਇਹ ਬਾਈ ਦੀ ਸ਼ੋਪ ਵੀ ਇੱਥੇ, ਇਹ ਪੈਟਰੋਲ ਵੀ ਵੇਚਦੇ ਨੇ, ਵਿਕ ਜਾਂਦਾ ਇੱਥੇ ਪੈਟਰੋਲ? ਕਹਿੰਦਾ ਹੋ ਜਾਂਦਾ ਜਾਂ ਪਰ ਸੇਲ ਪੈਟਰੋਲ, ਦੇਖ ਬੋਤਲ ਰੱਖ ਰਹੀ ਹੈ, ਸਾਰਾ ਲੀਟਰ ਦੇ ਹਿਸਾਬ ਨਾਲ ਦਿੰਦੇ ਨੇ, ਦੇਖ ਸਕਦੇ ਹੋ। ਉਹ ਬਾਈ ਇਹਨੂੰ ਆਪਾਂ ਇੰਸਟਾਗ੍ਰਾਮ ਆਈ ਡੀ ਦੱਸਤੀ ਬਾਈ, ਕਹਿੰਦਾ ਕੀ ਹੈ ਇੰਸਟਾਗ੍ਰਾਮ ਆਈ ਡੀ? ਤਾਂ ਬਾਈ ਇਹਨੂੰ ਦੱਸਤੀ ਆਪਣੀ ਕਮਲ ਮੂਨਕ ਨਾਮ 'ਤੇ ਵੀ, ਜੇ ਤੁਸੀਂ ਫੋਲੋ ਨਹੀਂ ਕਰਿਆ ਕਮਲ ਮੂਨਕ ਨਾਮ 'ਤੇ ਹੈ,
ਜ਼ਰੂਰ ਫੋਲੋ ਕਰਿਓ ਇੰਸਟਾਗ੍ਰਾਮ 'ਤੇ ਵੀ, ਫੇਸਬੁੱਕ 'ਤੇ ਵੀ ਕਮਲ ਮੂਨਕ ਨਾਮ 'ਤੇ, ਇੰਸਟਾਗ੍ਰਾਮ 'ਤੇ ਵੀ ਕਮਲ ਮੂਨਕ ਨਾਮ 'ਤੇ। 1,32,000 ਫੋਲੋਵਰ ਆਪਣੇ ਕੰਪਲੀਟ ਹੋ ਰਹੇ ਨੇ ਇੰਸਟਾਗ੍ਰਾਮ 'ਤੇ, ਜ਼ਰੂਰ ਫੋਲੋ ਕਰਿਓ ਬਈ। ਤਾਂ ਬਾਈ ਅਸੀਂ ਪੈਦਲ ਜਾ ਰਹੇ ਸੀ, ਜਿਹੜੇ ਬਾਈ ਆਪਣੇ ਇੰਸਟਾਗ੍ਰਾਮ ਬਾਈ ਜੇ ਬਾਈ ਬਾਈਕ ਲੈ ਕੇ ਆ ਗਿਆ ਤਾਂ ਮੈਂ ਛੱਡਣਾ ਸਭ ਮੈਂ ਕਿ ਬਈ 20-25 ਮਿੰਟ ਲੱਗ ਜਾਂਦੇ ਜਾਂਦੇ ਉੱਥੇ ਆ ਗਈ ਜਾ ਕੇ ਕਦਾਰ ਹੈ ਨਾ ਜੀ ਤਾਂ ਬਾਈ ਬਾਈਕ ਲੈ ਕੇ ਆ ਗਿਆ ਤਾਂ ਬਹੁਤ ਟੈਂਸ਼ਨ ਹੋਈ। ਚਲੋ ਮੈਂ ਛੱਡਿਆ ਨਾ ਬਾਈਕ ਦਾ ਵੀਡੀਓ, ਮੈਂ ਅਸੀਂ ਪੈਦਲ ਜਾ ਰਹੇ ਸੀ ਨਾ ਮੈਂ ਛੱਡਿਆ ਨਾ ਛੱਡਿਆ ਤਾਂ ਬਾਈ ਬਾਈਕ ਤਾਂ ਬਾਈ ਬਾਈਕ ਲੈ ਕੇ ਆ ਗਿਆ ਤਾਂ ਬਾਈ ਆਪਾਂ ਨੂੰ ਛੱਡਣ ਆ ਗਿਆ ਸੀ ਇੱਥੇ ਜਿੱਥੇ ਅਸੀਂ ਰਹਿ ਰਹੇ ਹਾਂ ਬਾਈ ਦੇ ਕੋਲ। ਇਹ ਬਾਈ ਹੈ ਉਹ ਡਾਂਡੀ ਪਿੰਡ ਦਾ ਨਾ ਬਾਈ, ਡਾਂਡੀ ਪਿੰਡ ਦਾ ਹੈ, ਕੀ ਨਾਮ ਹੈ ਬਾਈ? ਦੀਪਾਂਸ਼। ਤਾਂ ਬਾਈ ਨੇ ਲਿਫਟ ਦਿੱਤੀ ਹੈ ਵੀ, ਬਹੁਤ ਘੈਂਟ ਬਾਈ ਨੇ ਇੱਥੇ ਪਿਆਰ ਕਰਦੇ ਨੇ, ਮੈਂ ਤੁਹਾਨੂੰ ਦੱਸਿਆ ਹੀ ਹੈ ਯੂਪੀ ਦੇ ਵਿੱਚ ਵੀ ਮਾੜਾ ਨਹੀਂ ਹੈਗਾ, ਬਹੁਤ ਵਧੀਆ ਸਨਮਾਨ ਕਰਦੇ ਨੇ ਪੰਜਾਬੀ ਵੀਰ ਦਾ, ਇੱਕ ਵਾਰੀ ਆ ਕੇ ਦੇਖਿਓ ਜਿਵੇਂ ਸਾਡਾ ਐਕਸਪੀਰੀਅੰਸ ਹੋਏ। ਤਾਂ ਹੁਣ ਬਾਈ ਰੋਟੀ ਖਾ ਰਹੇ ਹਾਂ, ਆਹ ਦੇਖ ਸਕਦੇ ਹੋ ਰਾਇਤਾ ਹੈ, ਆਲੂ ਗੋਭੀ ਦੀ ਸਬਜ਼ੀ ਹੈ, ਅਚਾਰ ਹੈ ਅਤੇ ਘਿਓ ਹੈ ਦੇਸੀ ਬਾਈ, ਅਤੇ ਗਰਮ ਗਰਮ ਰੋਟੀਆਂ ਨੇ। ਇਹ ਬੱਬੂ ਬਾਈ ਦੀ ਥਾਲੀ ਹੈ ਅਤੇ ਮੇਰੀ ਥਾਲੀ ਹੈ ਬਈ, ਇਹ ਰੋਟੀ ਖਾ ਰਹੇ ਹਾਂ ਘਰੇ ਦੁਪਹਿਰ ਦਾ ਖਾਣਾ ਬਈ। ਲਓ ਮਿੱਤਰੋ ਰੋਟੀ ਪਾਣੀ ਆਪਾਂ ਨੇ ਖਾ ਲਈ ਬਾਈ, ਮਜ਼ਾ ਆ ਗਿਆ ਰੋਟੀ ਖਾ ਕੇ, ਬਹੁਤ ਸਵਾਦ ਬਣਾ ਰੱਖਿਆ ਸੀ ਖਾਣਾ ਬਈ, ਹੁਣੀ ਖਾਈਏ ਬਸ। ਅਤੇ ਹੁਣ ਬਾਹਰ ਆ ਗਏ ਬਸ ਘੁੰਮਣ ਦੇਖਣ ਮਾਹੌਲ ਬਾਹਰ ਦਾ, ਰੋਟੀਆਂ ਆਪਾਂ ਨੇ ਰੋਟੀ ਪਾਣੀ ਆਪਾਂ ਨੇ ਖਾ ਲਈ, ਮਜ਼ਾ ਆ ਗਿਆ ਰੋਟੀ ਪਾਣੀ ਖਾ ਕੇ ਬਈ। ਬੱਬੂ ਬਾਈ ਜੀ ਸਕੂਟਰੀ ਲਏ ਹੈ, ਕੈਂਟ ਚੱਲਦੀ ਹੈ ਯਾਰ। ਅੱਛਾ ਜੀ, ਲੋ ਬਾਈ ਨੇ ਸਕੂਟਰੀ ਦੇ ਦੀ, ਕਹਿੰਦਾ ਬਾਈ ਉਹਨੇ ਜਿਹੜੇ ਬਾਈ ਨੇ ਆਪਾਂ ਨੂੰ ਬੁਲਾਇਆ ਸੀ ਚਰਨਜੀਤ ਬਾਈ ਨੇ, ਸਕੂਟਰੀ ਦੇ ਦੀ, ਕਹਿੰਦਾ ਬਾਈ ਘਰੇ ਵਿਹਲੀ ਖੜੀ ਹੈ, ਲਿਆਓ ਅਤੇ ਘੁੰਮ ਲਓ ਬਾਈ ਸਕੂਟਰੀ 'ਤੇ। ਤਾਂ ਹੁਣ ਸਕੂਟਰੀ 'ਤੇ ਘੁੰਮਦੇ ਆ, ਦੇਖਦੇ ਕਿੱਥੇ ਤੱਕ ਜਾਂਦੇ ਹਾਂ, ਘੁੰਮਦੇ ਹਾਂ ਬਾਕੀ। ਤਾਂ ਇਹ ਸਕੂਟਰੀ 'ਤੇ ਘੁੰਮ ਰਿਹਾ, ਦੇਖ ਸਕਦੇ ਹੋ ਬਾਈ ਇੱਧਰ ਖੇਤ ਨੇ, ਇਹ ਸਕੂਟਰੀ ਦੀ ਹੈ ਬਾਈ ਨੇ, ਕਹਿੰਦਾ ਘੁੰਮ ਲਓ ਬਾਕੀ, ਜਾ ਕੇ ਆਉਂਦੇ ਹਾਂ ਵੀ ਨੇੜੇ ਤੇੜੇ ਕਿੱਥੋਂ ਤੱਕ ਜਾ ਕੇ ਦੇਖਦੇ ਹਾਂ। ਬੁਰਾ ਹਾਲ ਹੈ ਯਾਰ ਪਿੰਡਾਂ ਦਾ ਨਾ, ਪਹੁੰਚ ਕੇ। ਇਹ ਬਾਈ ਪਿੰਡ ਪਹਾੜਪੁਰ, ਤੁਸੀਂ ਦੇਖ ਸਕਦੇ ਆ, ਦੇਖ ਸਕਦੇ ਹੋ ਵੀ ਇਹ ਪਿੰਡ ਹੈ। ਬਾਹਰ ਤੋਂ ਅਜਿਹਾ ਦਿਖੇ, ਜਦੋਂ ਅਸੀਂ ਪਿੰਡ ਦੇ ਵਿੱਚ ਐਂਟਰ ਹੁੰਦੇ ਹਾਂ ਤਾਂ ਬਾਹਰ ਤੋਂ ਅਜਿਹਾ ਦਾ ਦਿਖਦਾ ਪਹਾੜਪੁਰ ਪਿੰਡ ਵੀ, ਜਿੱਥੋਂ ਆਪਾਂ ਐਂਟਰ ਹੁੰਦੇ ਹਾਂ ਇੱਥੇ ਇਹਨਾਂ ਦਾ ਬੋਰਡ ਲੱਗ ਰਿਹਾ ਪਿੰਡ ਦਾ, ਸ਼ਾਖਾ ਪਹਾੜਪੁਰ ਅਮਰੋਹਾ, ਦੇਖ ਸਕਦੇ ਬੋਰਡ ਲੱਗ ਰਿਹਾ ਪਿੰਡ ਦਾ ਵੀ ਕਿਹੜਾ ਪਿੰਡ ਹੈ, ਹਿੰਦੀ ਦੇ ਵਿੱਚ ਲਿਖਿਆ ਹੋਇਆ। ਤਾਂ ਇਹ ਦੇਖ ਸਕਦੇ ਐਵੇਂ ਦਾ ਵੀ ਬਾਹਰ ਬੈਠੇ ਨੇ, ਤਾਂਸ ਖੇਡ ਰਹੇ ਨੇ, ਅਤੇ ਇੱਧਰ ਸਾਡਾ ਪਿੰਡ ਹੈ ਬਾਈ, ਦੇਖ ਸਕਦੇ ਹੋ ਇਹਦੇ ਮੁਰਗੇ ਵੀ ਘੁੰਮ ਰਹੇ ਨੇ। ਇਹ ਰਸਤੇ ਅਸੀਂ ਆਏ ਸੀ ਬਾਈ, ਅਸੀਂ ਇੱਥੇ ਐਂਟਰਿੰਗ 'ਤੇ ਖੜ੍ਹੇ, ਜਿੱਥੋਂ ਪਿੰਡ ਦੇ ਵਿੱਚ ਐਂਟਰ ਹੁੰਦਾ ਹੈ ਉਹ ਖੜ੍ਹੇ ਆ, ਇੱਥੇ ਬੋਰਡ ਲੱਗ ਰਿਹਾ। ਇਹ ਪਿੰਡ ਦੇ ਵਿੱਚ ਵੀ ਇੱਕ ਕਰਿਆਨੇ ਦੀ ਦੁਕਾਨ ਹੈ, ਤਾਂ ਮੈਂ ਬ੍ਰਸ਼ ਲੈਣਾ ਦੰਦਾਂ ਵਾਲਾ ਬੁਰਸ਼ ਆਪਾਂ ਨੇ ਲੈ ਲਿਆ, ਅਤੇ ਡਰਾਈਵਰੀ 'ਤੇ ਆਪਾਂ ਬੈਠ ਗਏ ਪਿੱਛੇ, ਅਤੇ ਬੱਬੂ ਬਾਈ ਚਲਾ ਰਿਹਾ ਬਾਈਕ। ਲਓ ਬਾਈ ਪਹਾੜਪੁਰ ਪਿੰਡ ਦੇ ਵਿੱਚ ਘੁੰਮ ਰਿਹਾ, ਡਿਸਟ੍ਰਿਕਟ ਅਮਰੋਹਾ ਦੇ ਵਿੱਚ, ਯੂਪੀ ਏਰੀਏ ਦੇ ਵਿੱਚ, ਡਿਸਟ੍ਰਿਕਟ ਅਮਰੋਹਾ ਪਹਾੜਪੁਰ ਪਿੰਡ ਦੇ ਵਿੱਚ ਘੁੰਮ ਰਿਹਾ। ਹੁਣ ਪਹਿਲਾ ਪਿੰਡ ਘੁੰਮਿਆ ਸੀ ਡਾਂਡੀ, ਦੂਜਾ ਪਹਾੜਪੁਰ ਬਾਈ। ਅਸੀਂ ਲਗਭਗ ਬਾਈ ਪਿੰਡ ਕ੍ਰੋਸ ਕਰੇ ਅੱਗੇ ਆ ਗਏ, ਤਾਂ ਲੋਕ ਬਈ ਜਿਹੜੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਸਾਨੂੰ ਇਸ ਤਰੀਕੇ ਨਾਲ ਦੇਖ ਰਹੇ ਨੇ, ਕਿਉਂਕਿ ਸਾਡਾ ਪਹਿਰਾਵਾ ਪੰਜਾਬ ਦੇ ਆ ਨਾ, ਲੱਗ ਜਾ ਸਮਝਦੇ ਨੇ, ਕਿਉਂਕਿ ਸਾਡਾ ਪਹਿਰਾਵਾ ਇਹਨਾਂ ਨਾਲ ਘੁੱਲਦਾ ਨਹੀਂ ਹੈਗਾ। ਤੁਹਾਨੂੰ ਪਤਾ ਜੇ ਤੁਸੀਂ ਪੰਜਾਬ ਦੇ ਹੋ ਤਾਂ ਉਹ ਸਾਨੂੰ ਹੈਰਾਨੀ ਦੇ ਤਰੀਕੇ ਨਾਲ ਦੇਖਦੇ ਨੇ, ਬਈ ਇਹ ਕੌਣ ਨੇ ਨਵੇਂ ਜਿਹੇ ਮੁੰਡੇ ਆ ਰਹੇ ਨੇ। ਤਾਂ ਘੁੰਮ ਰਿਹਾ ਬਾਈ, ਫਿਰ ਗੱਲਬਾਤ ਵੀ ਕਰੇ, ਗੱਲਬਾਤ ਕਰ ਲੈਂਦੇ ਨੇ ਬਸ, ਵੀ ਪਿਆਰ ਨਾਲ ਬੋਲੋ ਨਾ, ਗੱਲਬਾਤ ਕਰ ਲੈਂਦੇ, ਪਹਿਲੀ ਵਾਰ ਥੋੜ੍ਹਾ ਦੇਖਦੇ ਨੇ ਨਾ, ਹੈਰਾਨੀ ਜੀ ਨਾਲ ਦੇਖਦੇ ਨੇ ਵੀ ਕੌਣ ਨੇ ਨਵੇਂ ਜਿਹੇ ਆ ਰਹੇ ਨੇ ਜਿਹੜੇ ਮੁੰਡੇ। ਅੱਛਾ, ਇਹ ਪਹਾੜਪੁਰ ਹੈ, ਇੱਕ ਤਾਂ ਇਹ ਪਹਾੜਪੁਰ ਜੋ ਹਮਾਇਆ ਕੱਲ ਟੂਰਨਾਮੈਂਟ ਹੋਇਆ ਤਾਰਕਪੁਰ ਮੇ, ਹਮ ਵੀ ਪੰਜਾਬ ਸੇ ਆਏ ਸਪੈਸ਼ਲ।
ਇਹਨਾਂ ਨੂੰ ਕਹਿ ਕੇ ਬਈ ਇੰਸਟਾਗ੍ਰਾਮ ਤੇ ਫੋਲੋ ਕਰਾ ਰਹੇ ਤੇ ਯੂਟਿਊਬ ਤੇ ਸਬਸਕ੍ਰਾਈਬ ਕਰਾਂ, ਕਿਉਂਕਿ ਬਾਈ ਜਾਣਦੇ ਨਹੀਂ ਹੈਗੇ ਨਾ, ਕਈ ਵੀਡੀਓ ਦੇਖਦੇ ਨੇ ਕਈ ਨਹੀਂ ਦੇਖਦੇ, ਕੋਈ ਦਿੱਕਤ ਨਹੀਂ ਹੈਗੀ, ਕੋਈ ਦਿੱਕਤ ਨਹੀਂ ਹੈ ਬਾਈ ਕਹਿੰਦੇ, ਕੋਈ ਦਿੱਕਤ ਨਹੀਂ ਹੈਗੀ ਬਾਈ, ਕੋਈ ਚੱਕਰ ਨਹੀਂ ਹੈਗਾ, ਤੁਸੀਂ ਦੱਸੋ ਕੀ ਨਾਮ ਹੈ। ਤਾਂ ਇਹ ਕੌਨਫੀਡੈਂਸ ਹੁੰਦਾ ਬਈ, ਇਹ ਸ਼ਰਮਾਉਣ ਦੀ ਕੋਈ ਗੱਲ ਨਹੀਂ ਹੁੰਦੀ, ਜੋ ਆਪਾਂ ਕੰਮ ਕਰਦੇ ਸ਼ਰਮਾਉਣਾ ਹੀ ਚਾਹੀਦਾ। ਤਾਂ ਬਾਈ ਯੂਟਿਊਬ ਦੇ ਸਬਸਕ੍ਰਾਈਬ ਕਰ ਰਹੇ ਨੇ ਤੇ ਇੰਸਟਾਗ੍ਰਾਮ ਤੇ ਫੋਲੋ ਵੀ ਕਰ, ਥੈਂਕ ਯੂ। ਇਹ ਬਾਈ ਦੂਜਾ ਪਹਾੜਪੁਰ ਪਿੰਡ ਆ ਗਿਆ, ਇੱਕ ਪਹਿਲਾਂ ਪਹਾੜਪੁਰ ਤੇ ਦੂਜਾ ਪਹਾੜਪੁਰ ਆ ਗਿਆ। ਰਸਤਾ ਦੇਖੋ ਕਿੰਨਾ ਡੇਂਜਰ ਬਣਿਆ ਹੋਇਆ, ਪਾਣੀ ਖੜਾ, ਕਿਉਂਕਿ ਮੀਂਹ ਪਿਆ ਸੀ ਪਰਸੋਂ ਬਈ, ਬਾਈ ਨੇ ਦੱਸਿਆ ਸੀ ਸਾਨੂੰ, ਚਰਨਜੀਤ ਬਾਈ ਨੇ ਕਹਿੰਦਾ ਬਾਈ ਮੀਂਹ ਪਿਆ ਸੀ ਪਰਸੋਂ, ਕੱਲ੍ਹ ਤਾਂ ਪਿਆ ਨਹੀਂ ਅਤੇ ਅੱਜ ਵੀ ਨਹੀਂ ਪਿਆ, ਅੱਜ ਮੌਸਮ ਸਾਫ਼ ਹੈ, ਦੋ ਦਿਨ ਹੋ ਗਏ ਮੌਸਮ ਸਾਫ਼ ਵੀ ਜਦੋਂ ਅਸੀਂ ਆ ਸੀ। ਇਹ ਸੈਲੂਨ ਦੀ ਦੁਕਾਨ ਹੈ ਬਾਈ, ਸੈਲੂਨ ਹੈ, ਬੜੀਆ ਇਹ ਦੁਕਾਨ ਹੈ ਬਾਈ ਨਾਈ ਦੀ, ਪੰਜਾਬ ਸੇ ਆ ਵਾਂ। ਹਾਂ ਵੀਡੀਓ ਮੈਂ ਦਿਖਾਏਂਗੇ ਪੰਜਾਬ ਮੇ, ਪੈਸੇ ਬਾਈ ਖੜੇ ਨੇ ਬਾਈ, ਇੱਥੇ ਦੇਖ ਸਕਦੇ ਹੋ ਖੇਲ ਰਹੇ ਨੇ, ਆਪਦੀ ਖੇਡ, ਮਨੋਰੰਜਨ ਕਰਨ ਦਾ ਸਾਧਨ ਹੁੰਦਾ ਸਾਰਿਆਂ ਦਾ ਆਪਦਾ ਆਪਦਾ, ਇਹੀ ਖੇਲਦੇ ਹੋ ਵੀ ਹੋਰ ਕੁਛ? ਹਾਂ ਇਹੀ ਖੇਲਦੇ, ਬੈਟ ਬਾਲ ਵੀ ਖੇਲਦੇ ਹੋ? ਬੈਟ ਬਾਲ ਵੀ ਖੇਲਦੇ, ਦੇਖੀ ਇੱਕ ਮਿੰਟ, ਬੈਟ ਬਾਲ ਵੀ ਖੇਲਦੇ ਆ। ਇਹ ਸਾਰਿਆਂ ਨਾਲ ਇੱਕ ਫੋਟੋ ਕਰ ਲੈਂਦੇ ਆ ਵੀ ਯਾਦਗਿਰੀ ਰਹੂਗੀ, ਹੈ ਨਾ? ਆ ਜਾ ਤੂੰ ਵੀ, ਆ ਜਾ ਆ ਜਾ ਆ ਜਾ ਆ ਜਾ, ਕਿਉਂ ਸ਼ਰਮਾ ਰਹੇ ਹੋ? ਕੋਈ ਨਹੀਂ ਯਾਰ, ਆ ਜਾ ਫੋਟੋ ਕਰਦੇ ਇੱਕ, ਬੱਚੋ ਤੁਸੀਂ ਬੈਠੋ, ਨੀਚੇ ਬੈਠੋ, ਨੀਚੇ ਆ ਜਾਓ, ਨੀਚੇ ਆ ਜਾਓ, ਲਓ ਚਲੋ ਹੱਸੋ ਸਾਰੇ, ਸਮਾਈਲ ਰੱਖੋ ਫੇਸ ਤੇ। ਇੱਥੇ ਲਗਭਗ ਬਈ ਪਿੰਡਾਂ ਦੇ ਵਿੱਚ ਜ਼ਿਆਦਾਤਰ ਨਲਕੇ ਨੇ, ਮੈਂ ਤੁਹਾਨੂੰ ਕਲਿੱਪ ਦੇ ਵਿੱਚ ਦਿਖਾਏ ਸੀ, ਪਿੱਛੇ ਵੀ ਇਹ ਦੇਖ ਸਕਦੇ ਨਲਕੇ ਲੱਗੇ ਹੋਏ ਨੇ ਘਰਾਂ ਦੇ ਵਿੱਚ, ਆਂਡੇ ਵੀ, ਇਹ ਬਈ ਦੇਖ ਸਕਦੇ ਹੋ ਬ੍ਰੈਡ ਅਤੇ ਆਂਡੇ ਵੀ ਰੱਖਦਾ ਬਈ, ਦੇਖ ਸਕਦੇ ਹੋ। ਹਮ ਪੰਜਾਬ ਸੇ ਆਏ ਬਾਈ ਘੁੰਮਣੇ ਕੇ ਲੀਏ, ਚਲੋ ਵਧੀਆ ਬਾਈ, ਧੰਨਵਾਦ। ਇਹ ਕਿੰਨੇ ਇੱਕ ਬ੍ਰੈਡ? ਇੱਕ ਬ੍ਰੈਡ ਕਿੰਨੇ? 10 ਰੁਪਏ ਦਾ ਬ੍ਰੈਡ ਇੱਕ। ਆ ਦੁਬਾਰਾ ਤੋਂ ਬਾਈ, ਇਹ ਦੁਬਾਰਾ ਬਈ ਉਹੀ ਰਸਤਾ ਹੈਗਾ ਜਿਹੜੇ ਰਸਤੇ ਤੋਂ ਆਪਾਂ ਲੰਘੇ ਸੀ, ਹੁਣ ਵਾਪਸ ਜਾ ਰਹੇ ਹਾਂ, ਦੇਖ ਸਕਦੇ ਮੀਂਹ ਪਿਆ ਹੋਇਆ, ਪਾਣੀ ਖੜਿਆ ਹੋਇਆ, ਆਰਾਮ ਨਾਲ ਬਾਈ। ਆ ਦੇਖ ਸਕਦੇ ਵੀ ਨਲਕੇ ਲੱਗੇ ਹੋਏ ਨੇ ਪਿੰਡਾਂ ਦੇ ਵਿੱਚ, ਤੁਹਾਨੂੰ ਮੈਂ ਪਿਛਲੀ ਕਲਿੱਪ ਦੇ ਵਿੱਚ ਵੀ ਦਿਖਾਇਆ ਵੀ, ਜ਼ਿਆਦਾਤਰ ਨਲਕੇ ਲੱਗੇ ਹੋਏ ਨੇ, ਪਾਣੀ ਲੈਂਦੇ ਨੇ ਇੱਥੋਂ। ਅਤੇ ਦੁਕਾਨ ਹੈ ਵੀ ਪਰਚੂਨ ਦੀ, ਆ ਦੇਖ ਸਕਦੇ ਹੋ, ਇੱਕ ਇੱਧਰ ਦੁਕਾਨ ਹੈ,